ਸਤਿ ਸ਼੍ਰੀ ਅਕਾਲ ਅਤੇ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੀ ਸ਼ਰਟ ਦੀ ਗਲੇ ਦੀ ਤਿਰਛੀ ਲੀਰ ਜਿਹੜੀ ਹੈ ਲਾ ਕੇ ਦੱਸਾਂਗੇ। ਸਟਰਿਕ ਦੇ ਨਾਲ ਜਿਹੜੀ ਵੀ ਬੜੀ ਈਜ਼ਲੀ ਤਰੀਕੇ ਨਾਲ ਲੱਗ ਜਾਂਦੀ ਹੈ ਅਤੇ ਸਾਡਾ ਕੱਪੜਾ ਵੀ ਇੱਧਰ ਉੱਧਰ ਨਹੀਂ ਖਿੱਚਦਾ। ਅਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਅਤੇ ਸਭ ਤੋਂ ਪਹਿਲੇ ਆਪਣੇ ਸ਼ਰਟ ਦਾ ਕੀ ਹੈ, ਨੈਕ ਜਿਹੜਾ ਮੈਂ ਇੱਥੋਂ ਕੱਟ ਲਿਆ ਹੋਇਆ ਆ ਅਤੇ ਲਾਈਨਿੰਗ ਵਾਲੀ ਦਾ ਨਹੀਂ ਕੱਟਣਾ, ਠੀਕ ਹੈ ਜੀ। ਫਿਰ ਆਪਾਂ ਲੈ ਲੈਣੀ ਰੇਪ ਪੱਟੀ, ਠੀਕ ਹੈ। ਇਹਨੂੰ ਆਪਾਂ ਇੱਦਾਂ ਡਬਲ ਫੋਲਡ ਕਰ ਲੈਣਾ ਰੇਪ ਪੱਟੀ ਨੂੰ ਅਤੇ ਇੱਥੇ ਲਗਾ ਲਾਂਗੇ। ਜੇ ਤੁਸੀਂ ਬਿਗਨਰ ਹੋ ਤਾਂ ਤੁਸੀਂ ਇੱਥੇ ਪਹਿਲੇ ਕੱਚਾ ਵੀ ਕਰ ਸਕਦੇ ਹੋ। ਮੈਂ ਇੱਥੇ ਹਜੇ ਕੋਈ ਵੀ ਕੱਚਾ ਨਹੀਂ ਕੀਤਾ, ਮੈਂ ਨਾਲ ਦੀ ਨਾਲ ਤੁਹਾਨੂੰ ਪੱਟੀ ਲਗਾ ਕੇ ਦੱਸਾਂਗੀ। ਪੈਰ ਪੈਰ ਤੱਕ ਦਾ ਛੱਡ ਕੇ ਸਿਲਾਈ ਲਗਾ ਲੈਣੀ ਹੈ ਅਤੇ ਨਾਲ ਦੀ ਨਾਲ ਪਰ ਇਹ ਪੱਟੀ ਲੱਗ ਜਾਣ ਤੋਂ ਬਾਅਦ ਆਪਾਂ ਕੀ ਕਰਾਂਗੇ, ਇਨਰ ਵਾਲੇ ਕੱਪੜੇ ਦੀ ਕਟਾਈ ਕਰ ਲਾਂਗੇ। ਪੱਟ ਲੱਗਣ ਤੋਂ ਬਾਅਦ ਕੀ ਕਰਾਂਗੇ ਆਪਾਂ, ਇਹ ਜਿਹੜੀ ਰੇਪ ਪੱਟੀ ਇਹਨੂੰ ਅੰਦਰ ਤੋਂ ਹੀ ਔਰ ਕਰਾਂਗੇ, ਇੱਧਰ ਨੂੰ ਕਰਾਂਗੇ ਰਾਈਟ ਹੈਂਡ ਸਾਈਡ ਤੋਂ। ਆਪਾਂ ਇੱਥੇ ਕਿਨਾਰੇ ਕਿਨਾਰੇ 'ਤੇ ਸਿਲਾਈ ਲਗਾ ਲਾਂਗੇ। ਪੱਟੀ ਲਗਾਉਣ ਨਾਲ ਕੋਈ ਵੀ ਗਲੇ 'ਚ ਭੁੰਗ ਨਹੀਂ ਆਊਗਾ ਅਤੇ ਰੇਪ ਪੱਟੀ ਬਿਲਕੁਲ ਸਫਾਈ ਨਾਲ ਲੱਗੇਗੀ। ਸਿਲਾਈ ਜਿਹੜੀ ਹੈ ਰੇਪ ਪੱਟੀ ਵੱਲ ਲਗਾਉਣੀ ਹੈ, ਸ਼ਰਟ 'ਤੇ ਨਹੀਂ ਲਗਾਉਣੀ। ਹਾਂਜੀ, ਇਹ ਸਾਡੀ ਰੇਪ ਪੱਟੀ ਲੱਗ ਗਈ, ਇਹਨੂੰ ਆਪਾਂ ਫਿਰ ਇੱਦਾਂ ਅੰਦਰ ਦੀ ਤਰਪਾਈ ਕਰ ਲਾਂਗੇ। ਅਤੇ ਕਿਵੇਂ ਲੱਗੀ ਮੇਰੀ ਇਹ ਵੀਡੀਓ? ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਿਓ ਚੈਨਲ।